ਹਾਂਜੀ ਕਿਦਾਂ ਸਾਰੇ ਤੇ ਵੀਡੀਓ ਆ ਜੀ ਇੱਕ ਤੇ ਸ਼ੇਅਰ ਕਰ ਦਿਓ ਜਲਦੀ ਜਲਦੀ ਬਾਅਦ ਚ ਤੁਸੀਂ ਕਰੀ ਦੇਣੀ ਕਿਉਂਕਿ ਹੈਗੀ ਬਹੁਤ ਵਧੀਆ EJ 911 ਜਦੋਂ ਅਮਰੀਕਾ ਚ ਹੋਇਆ ਸੀ ਤੇ ਸਪੇਸ ਦੀ ਤਸਵੀਰ ਆ ਜੀ ਇਹ ਤੁਸੀਂ ਦੇਖ ਸਕਦੇ ਆ ਧੂਆਂ ਕਿੱਥੇ ਤੱਕ ਗਿਆ ਸੀ ਤੇ ਮੈਂ ਉਹ ਗੱਲ ਕੀਤੀ ਸੀ ਵੀ ਅਟੈਕ ਅਮਰੀਕਾ ਨੇ ਆਪ ਕਰਾਇਆ ਸੀ ਕਮੈਂਟ ਬੜੇ ਭੜੇ ਆਏ ਮੇਰੇ ਵਿਰੁੱਧ ਪਰ ਮੇਰੀ ਸੋਚ ਉਹੀ ਰਹਿਣੀ ਆ ਅਜੇ ਵੀ ਜਿੱਥੇ ਮੈਂ ਕਿਹਾ ਸੀ ਪਈ ਉਹ ਨਹੀਂ ਆਪ ਕਰਾਇਆ ਸੀ ਤੇ ਕਰਾਇਆ ਸੀ ਜਿਨੀ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਹਰ ਇੱਕ ਦੀ ਆਪਣੀ ਸੋਚ ਆ ਆਪਣੇ ਤਰਕ ਆ ਤੇ ਆਪਣੇ ਵਿਚਾਰ ਆ ਇਹ ਹੈ ਜੀ 911 ਜਦੋਂ ਅਟੈਕ ਹੋਇਆ ਉਹਦੀ ਸਪੇਸ ਤੋਂ ਤਸਵੀਰ ਤੇ ਅੱਗੇ ਦਿਖਾਉਣੇ ਤੁਹਾਨੂੰ ਦੀਨ ਦੁਨੀਆਦਾਰੀ ਦੀਆਂ ਤੇ ਆ ਜਾਓ ਕਿ ਅਸੀਂ ਨੈਸ਼ਨਲ ਲੈਵਲ ਦਾ ਈਰਾਨ ਦਾ ਕਿੰਨਾ ਸੋਹਣਾ ਸੁਨੱਖਾ ਮੁੰਡਿਆ ਦਾ ਸਰੀਰ ਦੇਖੋ ਨਾਵੇਦੀ ਦਾ ਨਾਮ ਸੀ ਤੇ ਇਹਨੂੰ ਸ਼ਰੇਆਮ ਫਾਂਸੀ ਦੇ ਦਿੱਤਾ ਗਿਆ ਈਰਾਨ ਦੇ ਕਾਨੂੰਨ ਪਤੰਦਰਾਂ ਦੇ ਬਾਲਾ ਹੀ ਭੜੇ ਆ ਹਨਾ ਹੋਇਆ ਕੀ ਸੀ 2018 ਚੀਨ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਨਹੀਂ ਦੇਖਿਆ ਬਈ ਨੈਸ਼ਨਲ ਲੈਵਲ ਦਾ ਚੈਂਪੀਅਨ ਐ ਜੋ ਮਰਜੀ ਆ ਸੇਧ ਜਿੰਨੀ ਮਰਜੀ ਵਧੀਆ ਉਹ ਨਹੀਂ ਦਾ ਦੇਖਦੇ ਉਹ ਜਿਹਨੂੰ ਨਹੀਂ ਫਾਂਸੀ ਚਾੜਨਾ ਚਾੜ ਦਿੰਦੇ ਆ ساری ਦੁਨੀਆ ਭਰ ਚ ਵਿਰੋਧ ਹੋਇਆ 올림픽 ਵਾਲਿਆਂ ਨੇ ਕਿਹਾ ਵੀ ਇਰਾਨ ਵਾਲਿਓ ਤੁਹਾਨੂੰ 올림픽 ਚੋਂ ਕਰ ਦੇਣਾ 트럼ਪ ਰੌਲਾ ਪਾਈ ਜਾਂਦਾ ਉਹ ਨਹੀਂ ਸੁਣਦੇ ਕਿਸੇ ਦੀ ਇਰਾਨ ਵਾਲੇ ਉਹਨਾਂ ਦੇ ਆਪਣੇ ਕਾਨੂੰਨ ਆ ਜੋ ਦੇ ਲਈ ਕਰਦੇ ਆ 2018 ਚ ਨੇ ਇੱਕ ਸਿਕਿਉਰਟੀ ਗਾਰਡ ਮਾਰਤਾ ਸੀ ਸਰਕਾਰੀ ਜਦੋਂ ਸਰਕਾਰ ਦੇ ਵਿਰੋਧ ਧਰਨੇ ਪ੍ਰਦਰਸ਼ਨ ਸੀ ਤੇ ਨਵੀਦੀ ਦਾ ਨਾਂ ਸੀ ਤੇ ਮਤਲਬ ਨੈਸ਼ਨਲ ਚੈਂਪੀਅਨ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਲਡ ਲੈਵਲ ਦਾ ਪਲੇਅਰ ਸੀ ਚਾੜਦਾ ਛਰੇਆਂ 'ਮ ਫਾਂਸੀ ਕਹਿੰਦੇ ਕਰ ਲਓ ਜੋ ਕਰਨਾ ਤੇ ਆ ਜਾਓ ਫਿਰ ਆਹ ਉਹ ਸਬਰ ਦੀ ਤੁਹਾਨੂੰ ਮਿਲਦੀ ਆ ਜੇ ਤੁਹਾਨੂੰ ਦੋ ਰੋਟੀਆਂ ਸਹੀ ਮਿਲਦੀਆਂ ਆ ਛੱਤ ਆ ਤੁਹਾਡੇ ਸਿਰ ਤੇ ਤੁਹਾਡਾ ਸਰੀਰ ਸਭ ਤੋਂ ਵੱਡੀ ਗੱਲ ਆ ਤੁਹਾਡਾ ਸਰੀਰ ਸਹੀ ਚੱਲਦਾ ਰੋਇਆ ਨਾ ਕਰੋ ਹਾਏ ਮਰ ਗਏ ਲੁੱਟ ਗਏ ਭਾਜੀ ਮੇਰੀ ਕਿਸਮਤ بڑے ਮੈਸੇਜ ਆਉਂਦੇ ਭਾਜੀ ਮੇਰਾ ਮਰਨ ਨੂੰ ਦਿਲ ਕਰਦਾ ਜੀਦਾ ਕਰਦਾ ਫੇਰ ਮਰ ਜਾਓ ਯਾਰ ਮਰਨਾ ਕੋਈ ਹੱਲ ਥੋੜੋ ਹੁੰਦਾ ਜੀਦਾ ਜੀ ਕਰਦਾ ਮਰ ਜਾਓ ਮੈਨੂੰ ਦੱਸ ਦੇ ਰਹੇ ਨੇ ਭਾਜੀ ਮੈਂ ਮਰ ਜਾਣਾ ਫੇਰ ਮਰ ਜਾਓ ਕਰਿਓ ਨਾ ਕੁਛ ਹਨਾ ਹਾ ਦੇ ਆ ਯਾਰ ਭਾਜੀ ਆ ਦੇਖ ਲਓ ਇਹਨਾਂ ਨਾਲ ਤਾਂ ਨਹੀਂ ਤੁਹਾਡਾ ਮਾੜਾ ਹਾਲ ਹੋਗਾ ਜਿਹੜੇ ਕਹਿੰਦੇ ਭਾਜੀ ਮਰ ਗਿਆ ਲੁੱਟ ਗਿਆ ਮੇਰੇ ਨਾਲ ਮਾੜਾ ਕੀਤਾ ਉੱਪਰ ਵਾਲੇ ਨੇ ਆ ਇਹਨਾਂ ਤਾਂ ਨਹੀਂ ਮਾੜਾ ਕੀਤਾ ਹੋਗਾ 28 ਸਾਲ ਤੱਕ ਬੰਦਾ ਇਦਾਂ ਰਿਹਾ 28 ਸਾਲ ਤੱਕ ਦੇਖ ਲਓ ਤੁਹਾਡਾ ਸਰੀਰ ਦਾ ਚੰਗਾ ਭਲਾ ਆ ਦੋ ਰੋਟੀਆਂ ਮਿਲਦੀਆਂ ਛੱਤ ਮਿਲਦੀ ਆ ਇਹਦੇ ਨਾਲ ਦੇਖ ਲਿਓ ਜਦੋਂ ਤੁਹਾਨੂੰ ਆਊਗਾ ਵੀ ਮੇਰੇ ਨਾਲ ਬਹੁਤ ਮਾੜਾ ਹੋਇਆ ਮੈਂ ਮਰ ਜਾਣਾ ਮੇਰੀ ਜ਼ਿੰਦਗੀ ਬਹੁਤ ਮਾੜੀ ਆ ਇਦਾਂ ਦੇ ਵੀ ਬੰਦੇ ਹੈਗੇ ਆ ਆ ਦੇਖੋ ਕਈ ਸਾਲ ਤੱਕ ਇਦਾਂ ਰਿਹਾ ਤੇ ਹੁਣ ਆਪਰੇਸ਼ਨ ਹੋਇਆ ਕਈ ਵੱਡੇ ਵੱਡੇ ਆਪਰੇਸ਼ਨ ਹੋਏ ਤੇ ਹੁਣ ਸਹੀ ਕੀਤਾ ਇਹਨੂੰ ਚੀਨ ਚ ਸੀ ਬੰਦਾ ਇਹ ਬਚਪਨ ਤੋਂ ਨਹੀਂ ਸੀ ਇਦਾਂ ਬਚਪਨ ਚ ਸਹੀ ਸੀ ਬਿਮਾਰੀਆਂ ਹੀ ਕੁਦਰਤ ਦੀਆਂ ਕੁਛ ਇਦਾਂ ਦੀਆਂ ਬਣਾਈਆਂ ਹੋਈਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਉਣਾ ਨਹੀਂ ਹੁੰਦਾ ਉਹ ਦੇਖਣ ਵਾਲੀਆਂ ਨਹੀਂ ਹੁੰਦੀਆਂ ਵੀ ਲੋਕ ਕਿਦਾਂ ਦਿਨ ਕੱਟਦੇ ਆ ਐਵੇਂ ਨਾ ਪੱਟੀਆ ਕਰੋ ਮਰ ਗਏ ਜੀ ਲੁੱਟ ਗਏ ਜੀ ਜਿਹੜੀ ਜਿਹੀ ਉਹ ਹੀ ਜ਼ਿੰਦਗੀ ਆ ਬਸ ਆ ਦੇਖੋ ਨੇ ਦੱਸਿਓ ਮੈਨੂੰ ਕੋਈ ਜਣਾ ਇੱਕ ਜਣਾ ਕਹਿ ਦਿਓ ਭਾਈ ਸਾਡੀ ਇਤੋਂ ਜ਼ਿੰਦਗੀ ਮਾੜੀ ਸੀਗੀ ਇਹਦੇ ਐਸੇ ਬੰਦੇ ਨਾਲੋਂ ਫੇਰ ਮੈਂ ਕਹੂੰਗਾ ਹਾਂ ਯਾਰ ਤੇਰੀ ਜ਼ਿੰਦਗੀ ਮਾੜੀ ਤੇਰੇ ਨਾਲ ਮਾੜਿਆ ਹੋਇਆ ਹਨਾ ਇੱਧਰ ਵੀ ਦੇਖ ਲਿਆ ਕਰੋ ਦੀਨ ਦੁਨੀਆਦਾਰੀ ਚ ਕਲਾ ਨੀਡੂ ਸ਼ਟਰਾਂ ਵਾਲਾ ਇਹਨਾਂ ਦੇਖੀ ਜਾਇਆ ਕਰੋ ਹੋਰ ਬਹੁਤ ਕੁਝ ਹੁੰਦਾ ਦੀਨ ਦੁਨੀਆਦਾਰੀ ਚ ਫੇਰ ਤੁਹਾਨੂੰ ਪਤਾ ਲੱਗੂ ਹਾਂ ਭਰਾਵੋ ਆਪਾਂ ਜਿਹੜੇ ਪੰਜਾਬ 'ਚ ਜੰਮੇ ਆ ਉਹ ਮਿਲੀਅਨ ਨਹੀਂ ਕਈ ਬਿਲੀਅਨ ਲੋਕਾਂ ਨਾਲ ਉਹ ਤੁਹਾਡੀ ਜ਼ਿੰਦਗੀ ਵਧੀਆ ਆ ਮੈਂ ਲਿਖ ਕੇ ਦੇ ਦਿੰਨਾ ਜਿਹੜੇ ਪੰਜਾਬ 'ਚ ਜੰਮੇ ਆ ਆ ਥੋੜਾ ਬਾਹਰ ਚਲ ਜਿਓ ਓੜੀਸਾ ਲ ਲੱਗ ਜੂ ਪਤਾ ਕੀ ਭਾ ਪੈਂਦੀ ਯਾਰੀ ਐਮੀ ਰੋਨੇ ਰਹਨੇ ਆ ਮਰ ਜਾਣਾ ਮੈਂ ਸਾਰਾ ਪਤਾ ਹੀ ਆ ਸਾਰਿਆਂ ਨੂੰ ਅੱਜ ਦੇ ਦਿਨ 1996 'ਚ ਮਾਰਤਾ ਗਿਆ ਸੀ ਗੋਲੀਆਂ ਮਾਰ ਕੇ ਤੇ ਇਹਦੇ ਗਾਣੇ ਵੇਲੇ ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਤੇ ਇਹਦੇ ਗਾਣੇ ਜੇ ਤੁਸੀਂ ਸੁਣੂਗੇ ਤੇ ਤੁਹਾਨੂੰ ਸਮਝ ਲੱਗਣ ਲੱਪਣੇ ਆ ਹੁਣ ਪਹਿਲਾਂ ਨਹੀਂ ਸੀ ਸਮਝ ਲੱਗਦੇ ਉਹ ਹੁਣ ਕਿਉਂ ਸਮਝ ਲੱਗਣ ਆਈ ਦੇ ਗਾਣੇ ਛੱਡ ਰਹਿਣ ਦੇ ਛੇੜਨਾ ਦਰਦਾਨੂ ਟੁਪੈਕ ਬਹੁਤ ਵਧੀਆ ਬੰਦਾ ਸੀ ਯਾਰ ਦਲੇਰ ਬੜਾ ਸੀ ਇਹ ਬੰਦਾ ਇਹਦੇ ਜਿੰਨੀ ਦਲੇਰੀ ਨਹੀਂ ਮੈਂ ਕਿਸੇ 'ਚ ਦੇਖੀ ਮਤਲਬ ਆ ਨਾ ਭਾਈ ਗੋਲੀਆਂ ਖਾ ਕੇ ਵੀ ਕਹਿੰਦਾ ਆ ਜਾਓ ਜੇ ਨਹੀਂ ਆਉਣਾ ਬੜੀ ਵਾਰੀ ਤੇ ਅਟੈਕ ਹੋਇਆ ਸੀ ਆਪਣਿਆਂ ਨੇ ਮਾਰਤਾ ਸੀ ਇਹਨੂੰ ਟੜਦੀ ਉਮਰ ਚੀ ਥੋੜੀ ਉਮਰ ਚੀ ਮਰ ਗਿਆ ਸੀ ਅੱਜ ਦੇ ਦਿਨ 96 ਜੀ ਨੂੰ ਮਾਰਤਾ ਗਿਆ ਗੋਲੀਆਂ ਮਾਰ ਕੇ ਅੱਗੇ ਆ ਜਾਓ ਆਇਆ ਵਨ ਸਨ ਅਮਰੀਕਨ ਪਾਲ 4 4 ਮਤਲਬ ਦੋਸ਼ਮਣ ਨਾਓਏ ਫਰੈਂਡ OPEC OPEC ਕੀ ਆ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ OPEC ਅੱਜ ਦੇ ਦਿਨ 1960 ਚ ਬਗਦਾਦ ਚ ਬਣਾਈ ਗਈ ਸੀ ਇਰਾਕ ਇਰਾਨ ਕੁਵੇਤ ਸਾਊਦੀ ਤੇ ਬੈਨਜੂਏਲਾ ਪੰਜ ਮੁਲਕਾਂ ਨੇ ਬਣਾਈ ਸੀ ਸਿੱਧੀ ਗੱਲ ਆ ਜਿਹੜਾ ਅਮਰੀਕਾ ਦੀ ਸੁਣਦਾ ਉਹ ਅਮਰੀਕਾ ਉਹਦਾ ਯਾਰ ਆ ਜਿਹੜਾ ਨਹੀਂ ਸੁਣਦਾ ਉਹਦਾ ਦੁਸ਼ਮਣ ਆ ਨਾ ਇਰਾਨ ਨੇ ਸੁਣੀ ਅਮਰੀਕਾ ਦੀ ਨਾ ਬੈਨਜੂਏਲਾ ਨੇ ਸੁਣੀ ਆ ਕੁਐਤ ਚ ਮੈਂ ਵੀ ਉੱਥੇ ਕੰਮ ਕੀਤਾ ਇਹਨਾਂ ਦਾ ਕੈਂਪ ਅਰਫਜਾਨ ਚ ਹਨਾ ਕਈਆਂ ਨੂੰ ਪਤਾ ਹੋਣਾ ਸਾਰੀ ਆਰਮੀ ਉੱਥੇ ਬੈਠੀ ਆ ਹਨਾ ਖਾਈ ਜਾਂਦੇ ਬੇਲੀਆਂ ਕੁਐਤੀਆਂ ਦੀਆਂ ਅਮਰੀਕਾ ਵਾਲੇ ਕੁਐਤ ਨੇ ਇਹਨਾਂ ਦੀ ਸੁਣੀ ਆ ਸਾਊਦੀ ਨੇ ਸੁਣਾ ਦੀ ਸੁਣੀ ਆ ਉਹਨਾਂ ਤੇ ਰਾਜ ਕਰੀ ਜਾਂਦੇ ਆ ਇਰਾਨ ਨੇ ਨਹੀਂ ਸੁਣੀ ਹਨਾ ਬੈਨਜੂਏਲਾ ਨੇ ਨਹੀਂ ਸੁਣੀ ਤੇ ਪੰਜ ਕੰਟਰੀਆਂ ਨੇ ਮਿਲ ਕੇ OPEC ਬਣਾਈ ਸੀ ਇਹ OPEC ਆਪਾਂ ਲੋਕਾਂ ਨੂੰ ਇਹਦੇ ਬਾਰੇ ਇੰਨਾ ਪਤਾ ਨਹੀਂ ਤੇ ਕਈ ਕਹਿੰਦੇ ਰਹਿੰਦੇ ਭਰਾਵਾ ਪਿਛਲੀਆਂ ਬਹੁਤ ਵੀਡੀਓ ਪਈਆਂ ਇਸੇ ਬਾਰੇ ਵੀ ਕਰਾਂਗੇ ਵੀ ਤੇਲ ਦੇ ਰੇਟ ਕਿੱਦਾਂ ਘਟਦੇ ਵਧਦੇ ਆਈ ਦੇ ਕਰਕੇ ਹਨਾ ਅੱਜ ਦੇ ਦਿਨ ਬਣਾਈ ਗਈ ਸੀ ਤੇ ਪੰਜ ਕੰਟਰੀਆਂ ਸੀ ਹੁਣ ਤਾਂ 25 30 ਹੋ ਗਈਆਂ ਤੇ ਇਹਦਾ ਆਫਿਸ ਹੈਗਾ ਆਸਟਰੀਆ ਦੀ ਰਾਜਧਾਨੀ ਬਿਆਨਾਂ ਚ ਹਨਾ OPEC ਇਹਦੇ ਬਾਰੇ ਕਰਾਂਗੇ ਵੀ ਇਹ ਸਾਨੂੰ ਪ੍ਰਭਾਵਿਤ ਕਰਦੀ ਆ ਭਰਾਵੋ ਜਿਹੜੇ ਆਪਾਂ ਸਕੂਟੀਆਂ ਆਪਣੀਆਂ 'ਚ ਤੇਲ ਪਾਉਣੇ ਆ ਹਨਾ ਉਹੀ ਨੰਨ ਕਰਕੇ ਹੀ ਪੈਂਦਾ ਰੇਟ ਘਟ ਵਧ ਜੋ ਵੀ ਆ ਜੀ ਦੇ ਪ੍ਰਸ਼ੰਸਕ ਕਹਿੰਦੇ ਰਹਿੰਦੇ ਤੂੰ ਐਂਟੀ ਮੋਦੀ ਆ ਭਰਾਵੋ ਮੈਂ ਕਿਸੇ ਦਾ ਐਂਟੀ ਨਹੀਂ ਨਾਮ ਹੈ ਸੌ ਲੱਗੇ ਜਾਦੀ ਮਰਜ਼ੀ ਜਿਹੜਾ ਮੈਂ ਆਪਣਾ ਕੱਟਾ ਵੇਚ ਕੇ ਟੀਵੀ ਠੀਕ ਕਰਾਇਆ ਸੀ ਮੈਨੂੰ ਉਦੀ ਸੌ ਲੱਗੇ ਮੈਂ ਕਿਸੇ ਲੀਡਰ ਦਾ ਐਂਟੀ ਨਹੀਂ ਕਿਸੇ ਕਲਾਕਾਰ ਦਾ ਐਂਟੀ ਨਹੀਂ ਜੋ ਕੁਝ ਹੁੰਦਾ ਆਪਾਂ ਤਾਂ ਉਹੀ ਦੱਸਦੇ ਆ ਮੋਦੀ ਨੇ ਭਾਰਤ ਦੀ ਡਿਫੈਂਸ ਸਿਸਟਮ ਵਧੀਆ ਕਰਤਾ ਆ ਅਤੇ ਕੋ ਚੀਨੂਕ ਅਪਾਚੇ ਰਫੇਲ ਆ ਪਿਛਲੇ 18 ਮਹੀਨਿਆਂ ਚ ਕੀ ਕੀ ਐਡ ਕਰਤਾ ਤੇ ਰਫੇਲ ਸਰਕਾਰੀ ਤੌਰ ਤੇ ਐਡ ਹੋ ਗਿਆ ਭਾਰਤ ਦੇ ਹਲ ਵਿੱਚ ਤੇ ਵਧਾਈਆਂ ਸਾਰਿਆਂ ਨੂੰ ਤੇ ਦੇਖ ਲਓ ਜੀ ਟੋਟਰਾਂ ਦਾ ਧੰਨਵਾਦ ਜੀ 골ਡੀ ਗੇਲ ਸਾਰਿਆਂ ਦਾ ਬਿਰਕਿੰਦਰ ਸैमਚਾਲ ਬੋਬੀ ਮਰੋਗ ਹਨੀ ਸਿੱਧੂ ਪ੍ਰੀਤਿੰਦਰ ਮੱਲੀ ਤੇ ਜਿਨ੍ਹਾਂ ਨੇ ਇਹਨਾਂ ਸਮਝਿਆ ਵੀ ਬੰਦਾ ਮਿਹਨਤ ਕਰਦਾ 5.5 ਡਾਲਰ 200 ਰੁਪਈਆ 200 ਰੁਪਈਆ ਇੱਕ ਮਹੀਨੇ ਦਾ ਕੱਟ ਹੋਣਾ ਜੀ ਉਹਦਾ ਹੱਕਦਾਰ ਆ ਤੇ ਹਿੰਦੀ ਰੇਡੀਓ ਤੇ ਸਪੋਰਟਰ ਦਾ ਆਪਸ਼ਨ ਆਉਂਦਾ ਮੈਂ ਇੱਥੇ ਪਾ ਵੀ ਦਿਨਾ ਲਿੰਕ ਤੇ ਇੱਕ ਹਿੰਦੀ ਚ ਸਵਾਲ ਨਗਲੀ ਪੇਜ ਆ ਜੀ 25 ਦੀ ਸਪੋਰਟਰ ਉੱਤੇ ਬਣ ਗਏ ਉੱਤੇ ਨਾ ਬਣੋ ਕਿਸੇ ਹਿੰਦੀ ਚ ਸਵਾਲ ਤੇ ਸਪੋਰਟਰ ਦਾ ਆਪਸ਼ਨ ਨਹੀਂ ਹਿੰਦੀ ਰੇਡੀਓ ਤੇ ਸਪੋਰਟਰ ਦਾ ਆਪਸ਼ਨ ਆ ਤੇ ਥੈਂਕ ਯੂ ਮੇਰੇ ਆ ਭਰਾਵਾਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਜੀ ਸਪੋਰਟ ਕਰਦੇ ਰਹੋ ਤੇ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਨਾ ਰੇਡੀਓ ਤੇ ਅੱਜ ਵੀ ਨਹੀਂ ਆ ਹੋਣਾ ਤੇ ਕੱਲ ਤੋਂ ਸੋਮਵਾਰ ਤੋਂ ਸ਼ੁਰੂ ਕਰਾਂਗੇ ਤੇ ਥੈਂਕ ਯੂ ਮੇਰੇਆ ਵੀਰਿਆ ਦਾ ਹੱਸਦੇ ਰਹੋ ਬਸਦੇ ਰਹੋ ਕਰਦੇ ਹੋ ਸ਼ੇਅਰ ਸਾਰੇ ਪਾਸੇ ਵੀਡੀਓ ਤੁਹਾਡਾ ਆਪਣਾ ਇੰਦੀ ਚ ਸਵਾਲ ਪਿੰਡ ਨਰੂੜਾ ਦਿਓ ਪਿੰਡ ਨਰੂੜਾ ਦਿਓ